ਇਹ ਇੱਕ ਸਾਧਾਰਨ ਬੈਟਰੀ ਹੈ ਜੋ ਕਿ ਟੌਰਚ, ਟ੍ਰਾਂਜ਼ਿਸਟਰ ਅਤੇ ਹੋਰ ਬਹੁਤ ਤਰੀਕੇ ਦੇ ਸਮਾਨ ਵਿੱਚ ਯੂਜ਼ ਹੁੰਦੀ ਹੈ। ਜਦੋਂ ਇਹ ਬੈਟਰੀ ਖਤਮ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਸੁੱਟ ਦਿੱਤਾ ਜਾਂਦਾ ਹੈ ਅਤੇ ਇਹ ਆਪਣੀ ਜਗ੍ਹਾ ਕੂੜੇ ਵਿੱਚ ਪਾਉਂਦੇ ਹਨ। ਇਹਨਾਂ ਵਿੱਚੋਂ ਬਹੁਤ ਹੀ ਖਤਰਨਾਕ ਕੈਮੀਕਲ ਨਿਕਲਦੇ ਹਨ ਜੋ ਕਿ ਧਰਤੀ ਵਿੱਚ ਸਮਾ ਜਾਂਦੇ ਹਨ ਅਤੇ ਪਾਣੀ ਨੂੰ ਗੰਦਾ ਕਰਦੇ ਹਨ। ਪਰ ਪੁਰਾਣੀਆਂ ਬੈਟਰੀਆਂ ਨਾਲ ਆਪਾਂ ਇੱਕ ਬਹੁਤ ਹੀ ਸਧਾਰਨ ਸਟ੍ਰੋਬ ਬਣਾ ਸਕਦੇ ਹਾਂ। ਬੈਟਰੀ ਨੂੰ ਘੁਮਾਓ ਅਤੇ ਦੇਖੋ ਇਹ ਸ਼ਾਨਦਾਰ ਸਟ੍ਰੋਬ। ਤੁਹਾਨੂੰ ਜ਼ਰੂਰਤ ਹੈ ਸਿਰਫ ਪੁਰਾਣੀ ਬੈਟਰੀ ਅਤੇ ਰੰਗੀਨ ਟੇਪ ਦੀ। ਇੱਕ ਪਤਲਾ ਡਬਲ ਏ ਜਾਂ ਟ੍ਰਿਪਲ ਏ ਸਾਈਜ਼ ਦੀ ਬੈਟਰੀ ਲਓ। ਉਸਨੂੰ ਸਿੱਧਾ ਰੱਖੋ ਅਤੇ ਘੁਮਾਓ। ਇਹ ਦੋ ਤਰੀਕੇ ਨਾਲ ਘੁੰਮੇਗੀ, ਇੱਕ ਆਪਣੀ ਲੰਬਾਈ ਦੀ ਦਿਸ਼ਾ ਦੇ ਦੌਰਾਨ ਜੋ ਧੁਰਾ ਹੈ ਉਸਦੇ ਇਰਦ ਗਿਰਦ, ਅਤੇ ਦੂਸਰਾ ਗਿਰਨ ਤੋਂ ਬਾਅਦ ਇੱਕ ਚੱਕਰ ਵਿੱਚ। ਇਸੇ ਚੱਕਰ ਵਿੱਚ ਆਪਾਂ ਨੂੰ ਸਟ੍ਰੋਬ ਦਿਖੇਗਾ। ਇੱਕ ਰੰਗੀਨ ਟੇਪ ਦਾ ਇੱਕ ਛੋਟਾ ਹਿੱਸਾ ਬੈਟਰੀ ਦੇ ਇੱਕ ਕੋਨੇ 'ਤੇ ਲਗਾਓ। ਉਸ ਕੋਨੇ ਨੂੰ ਉੱਪਰ ਰੱਖ ਕੇ ਬੈਟਰੀ ਨੂੰ ਘੁਮਾਓ ਅਤੇ ਦੇਖੋ ਇਹ ਸਟ੍ਰੋਬੋਸਕੋਪਿਕ ਇਫੈਕਟ। ਤੁਸੀਂ ਇੱਕ ਪਰਮਾਣੂ ਕਿਰਨਾਂ ਦੇ ਖਤਰੇ ਦਾ ਨਿਸ਼ਾਨ ਵੀ ਦੇਖ ਸਕਦੇ ਹੋ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਹ ਨਿਸ਼ਾਨ ਪਹਿਲਾਂ ਇੱਕ ਪਾਸੇ ਘੁੰਮਦਾ ਹੈ, ਫਿਰ ਰੁਕ ਜਾਂਦਾ ਹੈ ਅਤੇ ਫਿਰ ਦੂਜੇ ਪਾਸੇ ਘੁੰਮਦਾ ਹੈ। ਇਸਨੂੰ ਵੈਗਨ ਵੀਲ ਇਫੈਕਟ ਕਹਿੰਦੇ ਹਨ। ਸੇਮ ਐਕਟੀਵਿਟੀ ਤੁਸੀਂ PVC ਪਾਈਪ ਨਾਲ ਵੀ ਕਰ ਸਕਦੇ ਹੋ। ਜੇ ਤੁਸੀਂ ਆਪਣੀ ਉਂਗਲ ਨੂੰ ਉਸ ਹਿੱਸੇ ਉੱਤੇ ਰੱਖ ਕੇ ਘੁਮਾਓਗੇ ਜਿਸ ਉੱਤੇ ਟੇਪ ਨਹੀਂ ਲੱਗੀ ਤਾਂ ਤੁਸੀਂ ਸਟ੍ਰੋਬੋਸਕੋਪਿਕ ਇਫੈਕਟ ਨਹੀਂ ਦੇਖ ਸਕਦੇ। ਉਸੇ ਤਰੀਕੇ ਨਾਲ ਜੇ ਟੇਪ ਲੱਗਿਆ ਹਿੱਸਾ ਨੀਚੇ ਹੋਵੇਗਾ ਜਿਵੇਂ ਕਿ ਤੁਸੀਂ ਹੁਣ ਦੇਖ ਸਕਦੇ ਹੋ, ਜੇ ਟੇਪ ਉੱਤੇ ਲੱਗਿਆ ਹਿੱਸਾ ਨੀਚੇ ਰੱਖ ਕੇ ਤੁਸੀਂ ਬੈਟਰੀ ਨੂੰ ਘੁਮਾਓਗੇ ਤਾਂ ਵੀ ਸਟ੍ਰੋਬੋਸਕੋਪਿਕ ਇਫੈਕਟ ਨਹੀਂ ਦਿਖਦਾ। ਇਸੇ ਤਰ੍ਹਾਂ ਇਸ ਐਕਸਪੈਰੀਮੈਂਟ ਨੂੰ ਤੁਸੀਂ ਹੋਰ ਬਹੁਤ ਤਰੀਕਿਆਂ ਨਾਲ ਟਰਾਈ ਕਰ ਸਕਦੇ ਹੋ। ਦੇਖੋ ਇਹ ਬੱਚੇ ਇਸ ਐਕਸਪੈਰੀਮੈਂਟ ਨੂੰ ਦੇਖ ਕੇ ਹੈਰਾਨ ਹੁੰਦੇ ਹੋਏ। ਉਮੀਦ ਹੈ ਕਿ ਤੁਹਾਨੂੰ ਇਹ ਸਟੋਵ ਅੱਛਾ ਲੱਗਿਆ ਹੋਵੇਗਾ ਅਤੇ ਹੁਣ ਸੋਚਣ ਦਾ ਟਾਈਮ ਹੈ। ਜੇ ਆਪਾਂ ਬੈਟਰੀ ਦੇ ਉੱਪਰ ਵਾਲੇ ਹਿੱਸੇ ਵਿੱਚ ਇੱਕ ਛੋਟਾ ਜਿਹਾ ਟੇਪ ਦਾ ਟੁਕੜਾ ਲਗਾਉਂਦੇ ਹਾਂ ਤਾਂ ਆਪਾਂ ਨੂੰ ਸਟੋਵ ਦਿਖਦਾ ਹੈ, ਪਰ ਜੇ ਆਪਾਂ ਉਸਦਾ ਇੱਕ ਹਿੱਸਾ ਪੂਰਾ ਟੇਪ ਦੇ ਨਾਲ ਕਵਰ ਕਰ ਦਈਏ ਤਾਂ ਤੁਸੀਂ ਸਟ੍ਰੋਬੋਸਕੋਪਿਕ ਇਫੈਕਟ ਨਹੀਂ ਦੇਖ ਸਕਦੇ। ਅਤੇ ਜੇ ਉਹ ਹਿੱਸਾ ਬੋਟਮ 'ਤੇ ਹੋਏਗਾ, ਮਤਲਬ ਬੈਟਰੀ ਦੇ ਨੀਚੇ ਹੋਏਗਾ, ਤਾਂ ਵੀ ਤੁਹਾਨੂੰ ਸਟ੍ਰੋਬੋਸਕੋਪਿਕ ਇਫੈਕਟ ਨਹੀਂ ਦਿਖਦਾ। ਇਸਦਾ ਆਨਸਰ ਬਹੁਤ ਹੀ ਮੁਸ਼ਕਿਲ ਹੈ ਅਤੇ ਸਾਨੂੰ ਵੀ ਨਹੀਂ ਪਤਾ। ਇਸ ਲਈ ਆਪਣੇ ਉੱਤਰ support@arvindgupta.toys.com 'ਤੇ ਭੇਜੋ।